हाँ जी गाइस, कितना तो सारे उम्मीद करता कि बढ़िया होंगे। दीदी वीडियो 0300 वाले थे एली मंगड़ थी वीडियो सो अज तो 7 साल पहले एली मंगड़ थे 0300 वाले ने रौला पिया सी किसी गल नू लेके, जिस भी चन्ना ने 2 करोड़ की शर्त लाई सी कि अजी गा एली मंगड़ नू कि तू पिया वा के दिखा। उस टाइम एली मंगड़ सी जो कि कनेडा दे विच रह रही थी, उस लड़ाई बारे 0300 वाले ने फिर कल कुछ बोलेगा, तुसी ओ वी अगे वीडियो जरूर दसदे। 0300 ने ए भी गल क्लियर की कि साडे एली मंगड़ नाल हुण कोई रौला नहीं। बाकी तुसी कमेंट बॉक्स जरूर कमेंट करके तुसी किहदे फैन हो, एली मंगड़ दे या 0300 वाले, कमेंट बॉक्स जरूर कमेंट करो। ਸਾਡੀ ਤੇ ਐਲੀ ਮੰਗੜ ਦੀ ਲੜਾਈ ਬਹੁਤ ਮਸ਼ਹੂਰ ਕਰਦੇ ਆ ਕਈ ਜਣੇ ਯਾਰ। ਐਲੀ ਨਾਲ ਲੜਾਈ ਹੋਈ, ਨਿਬੜ ਗਈ, ਸਾਰਾ ਕੁਝ ਹੋ ਗਿਆ ਨਾ, ਉਹ ਗੱਲਾਂ ਵੱਖ ਆ। ਜਿਹੜੇ ਆਲੇ ਦੁਆਲੇ ਵਾਲੇ ਸਵਾਦ ਲੈਣ ਵਾਲੇ ਆ ਨਾ, ਉਹ ਜ਼ਿਆਦਾ ਸਵਾਦ ਲੈ ਜਾਂਦੇ, ਸਮਝਦੇ ਆ। ਮੈਂ ਉਹਨਾਂ ਦੀ ਗੱਲ ਕਰਦਾ, ਠੀਕ ਹੈ। ਐਲੀ ਤਾਂ ਕੁਝ ਬੋਲਿਆ ਹੀ ਨਹੀਂ ਬਾਅਦ 'ਚ, ਨਾ ਹੀ ਬੋਲੇ। ਜਿਹੜੇ ਆਲੇ ਦੁਆਲੇ ਵਾਲੇ ਸਵਾਦ ਲੈਣ ਵਾਲੇ ਆ ਨਾ, ਉਹ ਬੋਲ ਜਾਂਦੇ ਆ। ਅਤੇ ਬੋਲਦਾ ਵੀ ਉਹ ਜਿਹਨੂੰ ਜੁੱਤੀਆਂ ਤੋਂ ਬਚਾਇਆ ਹੋਇਆ। ਐਲੀ ਨਾਲ ਤਾਂ ਨਿਬੜੀ ਆਈ ਯਾਰ, ਐਲੀ ਨਾਲ ਤਾਂ ਕੋਈ ਚੱਕਰ ਨਹੀਂ ਗਾ ਯਾਰ। ਦੇਖੋ ਅੱਜ ਮੈਂ ਗੱਲ ਕਰਦਾ 2 ਮਿੰਟ ਰੁਕਿਓ। ਬਹੁਤ ਜਾਣਿਆਂ ਨੇ ਕਹਿਣਾ ਕਿ ਤੁਸੀਂ ਐਲੀ ਦਾ ਨਾਂ ਲੈ ਕੇ ਮਸ਼ਹੂਰ ਹੋਏ ਆ ਜਾਂ ਇੱਦਾਂ ਐਲੀ ਨਾਲ ਲੜਾਈ ਕਰਕੇ ਮਸ਼ਹੂਰ ਹੋਏ ਆ। ਕੋਈ ਚੱਕਰ ਨਹੀਂ, ਕੋਈ ਡਾਊਟ ਨਹੀਂ ਗਾ, ਉਦੋਂ ਮਸ਼ਹੂਰ ਹੋਏ ਹਾਂ। ਇਹੀ ਤਾਂ ਮੰਨਦੇ ਚਲੋ ਲੜਾਈ ਹੋਈ ਆ, ਮਸ਼ਹੂਰ ਹੋਏ ਆ ਨਾ, ਅਤੇ ਬੜਾ ਨਾਂ ਹੋਇਆ ਉਦੋਂ। ਅਤੇ ਉਦੋਂ ਐਲੀ ਦਾ ਵੀ ਬਹੁਤ ਨਾਂ ਹੋਇਆ ਕਿਉਂਕਿ ਇੰਡੀਆ ਵਿੱਚ ਐਲੀ ਦਾ ਵੀ ਇੱਦਾਂ ਇੱਦਾਂ ਸੀਗਾ, ਜ਼ਿਆਦਾ ਬਾਹਰ ਬਹੁਤ ਜ਼ਿਆਦਾ ਉਹਦੀ ਨਾਮ ਸੀਗਾ, ਬਹੁਤ ਸੋਹਣੇ ਗਾਣੇ ਚੱਲਦੇ ਹੈ ਨਾ, ਦੋਨਾਂ ਨਾਮ ਦੋਨਾਂ ਪਾਸਿਆਂ ਦਾ ਹੋਇਆ। ਪਰ ਗੱਲ ਇਹ ਆ, ਬਾਅਦ 'ਚ ਸਾਡੀ ਗੱਲ ਨਿਬੜ ਗਈ ਸੀ, ਹੈ ਨਾ। ਉਹ ਕਿੱਦਾਂ ਨਿਬੜੀ ਕਿੱਦਾਂ ਨਹੀਂ, ਉਹ ਗੱਲਾਂ ਹੋ ਰਿਹਾ, ਨਿਬੜ ਗਈ ਸੀ। ਅਤੇ ਬਾਅਦ 'ਚ ਕੋਈ ਇੱਦਾਂ ਦਾ ਚੱਕਰ ਨਹੀਂ ਗਾ। ਜਿਹੜੇ ਆਲੇ ਦੁਆਲੇ ਵਾਲੇ ਆ, ਜਿਨ੍ਹਾਂ ਦਾ ਕੋਈ ਵਿੱਚ ਲੈਣਾ ਦੇਣਾ ਨਹੀਂ,